ਕਿੱਦਾਂ ਸਾਰੇ ਮੇਰਾ ਸਟਾਰਟਿੰਗ ਵਾਲਾ ਡਾਇਲੌਗ ਤੇ ਮੈਂ ਆ ਗਈ ਅੱਜ ਫਿਰ ਤੁਹਾਡੇ ਸਾਹਮਣੇ ਨਵੀਂ ਵੀਡੀਓ ਲੈ ਕੇ ਠੀਕ ਆ ਤੁਸੀਂ ਬਾਹਰ ਜਾਓ ਬਈ ਸਾਰੇ ਬਾਹਰ ਜਾਓ ਵੀਡੀਓ ਮੈਂ ਇਕੱਲੀ ਬਣਾਵਾਂਗੀ ਤੇ ਮੇਰਾ ਨਵਾਂ ਵਲੌਗ ਹੈਗਾ ਜੀ ਮੈਨੂੰ ਮਿਲਿਆ ਗਿਫਟ ਗੋਪ੍ਰੋ ਜਿਹੜਾ ਕਿ ਅਸੀਂ ਟੈਸਟਿੰਗ ਵਾਸਤੇ ਵੀ ਲੈਣਾ ਸੀ ਜਸਟ ਕਿ ਮੈਨੂੰ ਮਿਲਿਆ ਐਨੀਵਰਸਰੀ ਦਾ ਗਿਫਟ ਹੈ ਜਿਹੜੀ ਕਿ ਮੇਰੀ ਹੈਗੀ ਆ 25 ਆਫ ਨਵੰਬਰ ਠੀਕ ਹੈ 25 ਨਵੰਬਰ ਨੂੰ ਹੈ ਜੇ ਤੁਸੀਂ ਮੈਨੂੰ ਵਿਸ਼ ਕਰਨੀ ਹੈ ਤੇ ਮੇਰੇ ਚੈਨਲ ਦੇ ਆਓ ਪੰਜਾਬੀ ਐਂਟਰਟੇਨਮੈਂਟ ਤੇ ਔਰ ਮੈਨੂੰ ਕਮੈਂਟ ਬਾਕਸ ਵਿੱਚ ਵਿਸ਼ ਕਰ ਦਿਓ ਮੇਰੀ ਵੀਡੀਓ ਦੇ ਔਰ ਹੁਣ ਆਪਾਂ ਕਰਦੇ ਹਾਂ ਸਾਡੇ ਗਿਫਟ ਨੂੰ ਅਨਬੋਕਸ ਜਿਹੜਾ ਕਿ ਮੈਨੂੰ ਮੇਰੇ ਸਰਦਾਰ ਜੀ ਵੱਲੋਂ ਵਿਕਰਮਜੀਤ ਸਿੰਘ ਵੱਲੋਂ ਮਿਲਿਆ ਹੈਗਾ ਸੋ ਆਓ ਹੁਣ ਆਪਾਂ ਦੇਖਦੇ ਹਾਂ ਗਿਫਟ ਗਾਲਾਂ ਦੇ ਵਿਕਰਮਜੀਤ ਸਿੰਘ ਨੂੰ ਫੇਰ ਵੀ ਪੈਣੀਆਂ ਨੇ ਇਹ ਖੁੱਲੀ ਦਾੜੀ ਚ ਕਿੱਦਾਂ ਲੱਗਦੇ ਨੇ ਓ ਯਾ ਰੁਕ ਜਾ 2 ਮਿੰਟ ਯਾਰ ਉਧਰ ਵੇਖੋ ਮੈਨੂੰ ਇੱਕ ਮਿੰਟ ਕੈਮਰਾ ਬੈਕ ਕੈਮਰਾ ਤੇ ਕਰਨ ਦੋ ਹਾਏ ਚਲੋ ਕੈਮਰੇ ਵੱਲ ਚਲੀਏ ਲਓ ਜੀ ਖੁੱਲਣ ਲੱਗਾ ਜੀ ਸਾਡਾ ਗੋਪ੍ਰੋ ਤੇ ਇਹਦੇ ਨਾਲ ਮੈਂ ਤੁਹਾਨੂੰ ਦੱਸਾਂ ਗਿੰਬਲ ਮੇਰਾ ਪਹਿਲਾਂ ਆ ਗਿਆ ਸੀ ਕਰੋ ਦਰਸ਼ਨ ਜੀ ਮੇਰੇ ਆਏ ਹੋਏ ਮੇਰੇ ਕੈਮਰੇ ਦੇ ਅਰੇ ਰੇ ਜਿਹੜਾ ਕਿ ਅੱਜ ਕੱਲ੍ਹ ਕਾਫੀ ਵਾਇਰਲ ਹੋ ਰਹੀ ਵੀਡੀਓ ਜੀ ਦੀ ਠੀਕ ਹੈ ਈਜ਼ੀ ਵਨ ਜਿਹਦਾ ਨਾਮ ਹੈ ਇਨ ਡਿਮਾਂਡ ਹੈ ਔਰ ਆਈ ਥਿੰਕ ਜਿਹਨੂੰ ਤੁਸੀਂ ਕਹਿ ਦਿਓ ਕਿ ਚੀਪ ਐਂਡ ਬੈਸਟ ਵੀ ਕਹਿ ਸਕਦੇ ਹੋ ਠੀਕ ਹੈ ਹਾਂ ਇਹ ਵਾਲੇ ਨਵਾਂ ਓਪਨ ਹੋ ਰਿਹਾ ਨਾ ਬਾਕਸ ਤੇ ਉਹਦੇ ਚੋਂ ਸਮੈਲ ਤਾਂ ਗੰਦੀ ਆਣੀ ਹੈ ਆਫਟਰ ਗੱਤਾ ਜਿਹਾ ਹੈਗਾ ਤਾਂ ਹਾਂ ਲਓ ਜੀ ਇਹਨਾਂ ਦੀ ਪੈਕਿੰਗ ਦੇਖ ਲਓ ਠੀਕ ਹੈ ਬਾਕਸ ਦੀ ਇਹ ਰਿਹਾ ਜੀ ਆਪਣਾ ਗਿਫਟ ਹੁਣ ਆਪਾਂ ਫੋਨ ਮੇਰੀ ਗੱਲ ਸੁਣੋ ਲਓ ਜੀ ਹੁਣ ਲੱਗੀ ਆਪਣੀ ਕੈਮਰਾ ਦੀ ਅਨਬੋਕਸਿੰਗ ਠੀਕ ਹੈ ਜੀ ਤੇ ਗੋਪ੍ਰੋ ਮੇਰਾ ਆ ਗਿਆ ਵਾ ਇਹਦੇ ਨਾਲ ਹੁਣ ਆਪਾਂ ਵੀਡੀਓ ਸ਼ੂਟ ਕਰਕੇ ਦੇਖਣੀ ਆ ਗਿੰਬਲ ਮੇਰਾ ਆਲਰੇਡੀ ਆ ਗਿਆ ਸੀ ਔਰ ਮੈਮਰੀ ਕਾਰਡ ਆ ਗਿਆ ਨਾਲ ਠੀਕ ਆ ਉਹ ਮੈਮਰੀ ਕਾਰਡ ਇਹ ਸਾਡਾ ਐਕਸਟਰਾ ਮੰਗਾਇਆ ਨਾ ਮੈਂ ਇਹ ਐਕਸਟਰਾ ਮੰਗਾਇਆ ਜੀ ਠੀਕ ਹੈ ਤੇ ਜਿਹੜੀ ਮੇਨ ਚੀਜ਼ ਜਿਹੜੀ ਮੇਰੀ ਗਿਫਟ ਮਿਲੀ ਆ ਉਹ ਮੈਨੂੰ ਆ ਲਈ ਹਾਏ 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 ਸੋਹਣੀ ਚੀਜ਼ ਹੀ ਹੇ ਰਹਾ ਨਹੀਂ ਜਾਤਾ ਤੜਪ ਹੀ ਐਸੀ ਹੈ ਨਾ ਪੈਸਾ ਹੀ ਪੈਸਾ ਹੋ ਗਿਆ ਇਹ ਆ ਦੇਖੋ ਇਹ ਵਾ ਇਹ ਦੇਖੋ ਇਹ ਹਲੇ ਕੇਸਿੰਗ ਦੇ ਵਿੱਚ ਆ ਤੇ ਆਪਾਂ ਇਹਨੂੰ ਕੇਸਿੰਗ ਤੋਂ ਓਪਨ ਕਰਾਂਗੇ ਦੱਸ ਤੂੰ ਹੀ ਇਕੱਲੀ ਇਕੱਲੀ ਚੀਜ਼ ਖੋਲ ਮਾਰੀ ਆ ਨਾ ਮੈਨੂੰ ਵੇਖਣ ਦਿੱਤਾ ਕੀ ਹੈ ਕੀ ਨਹੀਂ ਹੈ ਠੀਕ ਹੈ ਯਾਰ ਇੱਧਰ ਦੇਖ ਲਓ ਆਪਣਾ ਗੋਪ੍ਰੋ ਆ ਗਿਆ ਜੇ ਵੇਚਣਾ ਆਇਓ ਪਰ ਵਾਲ ਖਿਲਾਰੇ ਹੋਏ ਤੁਸੀਂ ਕੱਢੀਏ ਇਹਨੂੰ ਬਾਹਰ ਕੇਸਿੰਗ ਚੋਂ ਹਾਉ ਮਚ ਮੈਂ ਦੱਸੀਦਾ ਥੋੜੀ ਹੁੰਦਾ ਵਾ ਐਵੇਂ ਨਾ ਜਨਾ ਨਹੀਂ ਬੋਲੀਦਾ ਆ ਤੇ ਇਹਦੇ ਤੇ ਆਪਾਂ ਦੱਸਾਂਗੇ ਨਹੀਂ ਮੈਂ ਦੱਸਿਆ ਕਿ ਦਵਾਂ ਦਿਸ ਇਜ਼ ਯੋਰ ਗੋਪ੍ਰੋ ਆ ਯਾ ਲਾਇਓ ਨਾ ਲਾਇਓ ਨਾ ਪ੍ਰੋ ਲੈ ਇਹਦੀ ਉਹ ਮਿਲਿਆ ਗਈ ਉਹਦੇ ਹਾਂ ਥੋੜੀ ਦੇਰ ਬਾਅਦ ਇਹਦੀ ਸਰਚ ਕਰਾਂਗੇ ਮੈਨੂੰ ਪੜ੍ਹਦੇ ਆ ਬੁੱਕ ਕਿੱਥੇ ਦੀ ਬੁੱਕ ਮਿਲੀ ਨੀ ਆ ਹੋ ਰਹੀ ਆ ਰਹੀ ਜੀ ਇਹ ਬੁੱਕ ਮਿਲੀ ਇਹਦੀ ਠੀਕ ਹੈ ਇਹ ਬੁੱਕ ਇਹਦੀ ਇਹਦੇ ਤੋਂ ਆਪਾਂ ਇਹਦੀ ਡਿਟੇਲ ਪੜ੍ਹ ਕੇ ਫਿਰ ਵੇਖਦੇ ਹਾਂ ਕੀ ਕੀ ਹੈਗਾ ਸਾਰੀਆਂ ਚੀਜ਼ਾਂ ਨਾਲ ਮਿਲੀਆਂ ਸਾਨੂੰ ਜੋ ਹੈਲਮਟ ਕਿੱਟ ਦੇ ਨਾਲ ਵੀ ਲੱਗਦਾ ਜਿਸ ਤਰ੍ਹਾਂ ਮਾਊਂਟ ਵਗੈਰਾ ਇੱਥੇ ਆਇਆ ਹੋਣਾ ਨਾਲ ਇਹਦਾ ਕਿ ਨਹੀਂ ਧਿਆਨ ਨਾਲ ਐਕਸਾਈਟਮੈਂਟ ਦੇ ਵਿੱਚ ਕੁਛ ਕਰਨਾ ਦਿਓ ਔਨ ਕਰ ਲਿਆ ਜੀ ਇਹ ਰਿਹਾ ਜੀ ਸਾਰਾ ਸਮਾਨ ਆ ਰਹੀ ਇੱਕ ਬੈਟਰੀ ਵਿੱਚ ਕਿਹੀ ਹੈ ਇੱਕ ਵਿੱਚ ਅੱਛਾ ਦੋ ਬੈਟਰੀਆਂ ਕਿਆ ਬਾਤ ਹੈ ਦੋ ਬੈਟਰੀਆਂ ਚਾਰਜੇਬਲ ਬੈਟਰੀ ਜੇ ਠੀਕ ਹੈ ਆਹ ਕੇਸਿੰਗ ਜੇ ਆਹ ਨਾਲ ਵਾਇਰ ਮਿਲੀ ਜੇ ਅਡਾਪਟਰ ਚਾਰਜਰ ਹੈਗਾ ਲੱਗਦਾ ਅਡਾਪਟਰ ਲਾ ਲਓ ਤੁਸੀਂ ਇਹਨੂੰ ਠੀਕ ਹੈ ਆਹ ਨਾਲ ਇੱਕ ਕੇਬਲ ਮਿਲੀ ਆ ਮਤਲਬ ਉਹਨੂੰ ਨਾਲ ਕਟਾਈ ਵਗੈਰਾ ਕਰਨ ਵਾਸਤੇ ਉਸ ਤੋਂ ਇਲਾਵਾ ਇੱਧਰ ਕੁਛ ਆ ਜਿਹੜੇ ਹੈਗੇ ਆ ਮਾਊਂਟ ਹੈਗੇ ਨੇ ਇਹ ਮਾਊਂਟ ਹੈ ਸਾਰੇ ਹੀ ਠੀਕ ਹੈ ਅਲੱਗ ਅਲੱਗ ਪੋਜੀਸ਼ਨ 'ਤੇ ਜਿਵੇਂ ਤੁਸੀਂ ਇਹਨੂੰ ਅਟੈਚ ਕਰਨਾ ਚਾਹੁੰਦੇ ਹੋ ਅਤੇ ਉਸ ਤੋਂ ਬਾਅਦ ਇੱਧਰ ਤੁਹਾਨੂੰ ਆਹ ਬੈਲਟ ਮਿਲਦੀਆਂ ਵਾ ਨਾਲ ਹੋਰ ਕੀ ਹੈ ਹੋਰ ਇਹ ਕੀ ਹੈਗਾ ਆ ਇਹਦਾ ਨਹੀਂ ਮੈਨੂੰ ਪਤਾ ਇਹ ਮੈਨੂੰ ਲੱਗਦਾ ਵਾ ਸਟਿੱਕ ਦੇ ਨਾਲ ਲੱਗਦਾ ਵੈ ਕੁਛ
हाँ माउंट की तरह ही है बट वेखते हैं। पैकिंग बड़ी सोहनी वैसे विक्रम है ना, सारा कुछ तहस नहस कर मारा 2 मिनट दे विच। अमेज़न दी पैकिंग ते वधिया वैसे। लो जी ए चल रही है मेरी टेस्टिंग दी वीडियो, ठीक है हुण दस्सियो मैनू। ए आई थिंक है 4K 60 FPS दे विच आपां बना रहे हां, ते तकरीबन टाइम मैं तुहानू दस दिंदी हां 4 बजे दा व्यू है, ठीक है शाम दा वेला है। और इहदा व्यू देख लो किस तरह की नज़र आ रही है, लुक वाइज व्यू सोहना लग रहा वै, और जड़ी आ कलैरिटी पूरी है ये, ठीक है ओके आ। बाकी हम वो प्ले करके देखते हैं पीसी दे। हेलो पिछे वो ओके आ मेरे हिसाब ना था रिकॉर्डिंग करे तू बड़ी होएगी लल्ली बोल के दस नहीं पुत्र ये मेरा पुत्र ही पूछ रहा ए सारा सारा वाला बैग ना निकल ले के आ सारा सामान मेरे पुत्र आ बैग बड़ा ब्रांडेड है फड़या तुसी। अच्छा चोई कितना दो मिनट ले दिखा दो पापा को मेरी गाल सुन ओ फोटो दे दे अब अदर वे सामने वे मम्मी पढ़न दे इधर वे इधर आ। हेलो यार मेरा पहला मन बन गया यार मैं वापस करना पर फिर नहीं करना नहीं करना रख लेना ओके ओके यार मैं थोड़ा